ਕੇਂਦਰ ਸਰਕਾਰ ਨੇ ਅਣਚਾਹੀ ਅਤੇ ਅਣਉਚਿਤ ਵਪਾਰਕ ਫੋਨ ਕਾਲਾਂ ਅਤੇ ਸੁਨੇਹਿਆਂ ਦੀ ਰੋਕਥਾਮ ਸੰਬੰਧੀ ਨਵੇਂ ਨਿਯਮਾਂ ਦੇ ਡਰਾਫਟ ਬਾਰੇ ਜਨਤਾ ਦੀ رائے ਮੰਗੀ ਹੈ। ਇਹਨਾਂ ਦਿਸ਼ਾ ਨਿਰਦੇਸ਼ਾਂ ਦਾ ਮੰਤਵ ਗੈਰ ਰਜਿਸਟਰਡ ਟੈਲੀ ਮਾਰਕੀਟ ਕਰਨ ਵਾਲਿਆਂ ਜਾਂ 10 ਅੰਕ ਵਾਲੇ ਨਿੱਜੀ ਨੰਬਰਾਂ ਤੋਂ ਅਣਚਾਹੀ ਜਾਂ ਅਣਉਚਿਤ ਕਾਰੋਬਾਰੀ ਫੋਨ ਕਾਲਾਂ ਜਾਂ ਸੰਦੇਸ਼ਾਂ ਨੂੰ ਕੰਟਰੋਲ ਕਰਨਾ ਹੈ। ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਹੈ ਕਿ ਡਰਾਫਟ ਦਾ ਖਰੜਾ ਅਤੇ ਦਿਸ਼ਾ ਨਿਰਦੇਸ਼ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ ਤੇ ਉਪਲਬਧ ਇਸ ਬਾਰੇ رائے ਅਤੇ ਸੁਝਾਅ 21 ਜੁਲਾਈ ਤੱਕ ਭੇਜੇ ਜਾ ਸਕਦੇ ਨੇ ਇਹ ਦਿਸ਼ਾ ਨਿਰਦੇਸ਼ ਦੂਰ ਸੰਚਾਰ ਆਪਰੇਟਰਾਂ ਦੂਰ ਸੰਚਾਰ ਰੈਗੂਲੇਟਰਾਂ ਅਤੇ ਸੰਗਠਨਾ ਸਮੇਤ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੇ ਗਏ ਨੇ